ਜਿਹੜੀ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਆਪਣੇ ਜੇਤੂ ਜੋ ਉਮੀਦਵਾਰਾਂ ਨੂੰ ਉਸ ਦੇ ਲਈ ਜੋ ਕੇਕ ਦਾ ਪ੍ਰਬੰਧ ਕੀਤਾ ਗਿਆ ਹੈ ਪਿੰਡ ਵਾਸੀਆਂ ਦੇ ਵੱਲੋਂ ਕਿਸ ਤਰ੍ਹਾਂ ਹੈ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਪਿੰਡ ਵਾਸੀਆਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਹਨ ਜੋ ਇਕੱਠੇ ਹੋਏ ਹਨ ਔਰ ਜੋ ਨੌਜਵਾਨ ਹਨ ਉਹਨਾਂ ਵੱਲੋਂ ਜੋ ਹੈ ਭੰਗੜਾ ਪਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਬੱਚੇ ਅਤੇ ਜੋ ਬਜ਼ੁਰਗ ਨੌਜਵਾਨ ਹਨ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਹਨ ਜੋ ਇਕੱਠੇ ਹੋਏ ਹਨ ਪਿੰਡ ਦੇ ਵਿੱਚ ਇਹ ਵੀਰ ਜੀ ਨਵੀਂ ਰਾਜਨੀਤੀ ਦਾ ਬਦਲਾਵ ਦਾ ਇਹ ਬਦਲਾਵ ਇਹ ਕੇਕ ਕੱਟਣ ਲੱਗਿਆ ਜੀ ਭਗਵੰਤ ਮਾਨ ਸੀਐਮ ਦੀ ਕੋਸ਼ਿਸ਼ ਅਤੇ ਬਹੁਤ ਉਤਸ਼ਾਹ ਹੋ ਰਿਹਾ ਹੈ ਭ੍ਰਿਸ਼ਟਾਚਾਰ ਦਾ ਅੰਤ ਹੋ ਰਿਹਾ ਜ਼ਰੂਰ ਹੋ ਗਈ ਤਬਦੀਲੀ ਆਮ ਆਦਮੀ ਪਾਰਟੀ ਕਿਹੋ ਜਿਹੀ ਪਾਰਟੀ ਦਿੱਲੀ 'ਚ ਭ੍ਰਿਸ਼ਟਾਚਾਰ ਖਤਮ ਕਰਿਆ ਸਕੂਲ ਕਿਉਂਕਿ ਸਾਡੇ ਇੱਥੇ ਕੁਛ ਨਹੀਂ ਹੋਇਆ ਸਕੂਲ ਦਾ ਦੇਖ ਲਓ ਕਿਆ ਹਾਲ ਹੈ ਅੱਡੇ ਦਾ ਦੇਖ ਲਓ ਕਿਆ ਹਾਲ ਹੈ ਕੋਈ ਕੁਛ ਨਹੀਂ ਪੜ੍ਹਿਆ ਕੋਈ ਸਕੂਲ ਵਧੀਆ ਇੱਥੇ ਮਾਸਟਰ ਨਹੀਂ ਹੈਗਾ ਆਪ ਲਈ ਇੱਕ ਮੌਕਾ ਮਿਲ ਗਿਆ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਕੰਮ ਕਰਕੇ ਦਿਖਾਊਗੀ ਪਾਰਟੀ ਪਿੱਪਲ ਮਾਜਰਾ ਹੈ ਚਮਕੌਰ ਸਾਹਿਬ ਦੇ ਨੇੜੇ ਉੱਥੇ ਹੈ ਜੋ ਕੇਕ ਕੱਟਣ ਦਾ ਪ੍ਰਬੰਧ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲੋਕ ਮਸਲੇ ਚੈਨਲ ਤੋਂ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਜੋ ਨਵੇਂ ਉਮੀਦਵਾਰ ਜਿੱਤੇ ਹਨ ਆਮ ਆਦਮੀ ਪਾਰਟੀ ਤੋਂ ਹਲਕਾ ਚਮਕੌਰ ਸਾਹਿਬ ਤੋਂ ਜੋ ਉਹਨਾਂ ਨੂੰ ਰੋਕ ਕੇ ਹੈ ਜੋ ਉਰੇ ਕੇਕ ਕਟਵਾਇਆ ਜਾਏਗਾ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਮਸਲੇ ਚੈਨਲ ਤੋਂ